ਗੁਰੂ ਨਾਨਕ ਪਾਤਸ਼ਾਹ ਤੋਂ ਵਰਸਾਏ ਬਾਬਾ ਬੁੱਢਾ ਸਾਹਿਬ ਜੀ ਦੀ 10ਵੀਂ ਪੀੜ੍ਹੀ ਦੇ ਵਿੱਚੋਂ ਨੇ ਸਾਡੇ ਨਾਲ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਜੀ ਆਪ ਜੀ ਦੇ ਨਾਲ ਗੁਰਫਤਿਹ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਅੱਜ ਦਾ ਜੋ ਇਹ ਮਹਾਨ ਕਾਰਜ ਮਹਾਨ ਸਮਾਗਮ ਹੋਇਆ ਇੱਕ ਅਨੋਖਾ ਸਮਾਗਮ ਹੋਇਆ ਇੱਕ ਹੀ ਸੱਦੇ ਦੇ ਉੱਪਰ ਹਰੇਕ ਸੰਪਰਦਾ ਜਿਹੜੀ ਹੈ ਉਹ ਆਣ ਕੇ ਇੱਥੇ ਇੱਕ ਜੁੱਟ ਦੇ ਵਿੱਚ ਇੱਕ ਝੰਡੇ ਹੇਠ ਹੋ ਕੇ ਉਹਨਾਂ ਅਰਦਾਸ ਬੇਨਤੀ ਕੀਤੀ ਹੈ ਲਾਂਘੇ ਬਾਰੇ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜਦੋਂ ਮੈਨੂੰ ਸੱਦਾ ਪੱਤਰ ਗਿਆ ਮੇਰੇ ਹੋਰ ਬੜੇ ਰੁਝੇਵੇਂ ਸਨ ਜੀ ਜੀ। ਅੱਜ ਪੰਜਾਬ ਦੀ ਤਲਵਾਰਬਾਜ਼ੀ ਕਰਵਾ ਰਹੇ ਬਾਬਾ ਬੁੱਢਾ ਸਾਹਿਬ ਜਿੱਥੇ ਗੁਰੂ ਨਾਨਕ ਬਾਬਾ ਬੁੱਢਾ ਸਾਹਿਬ ਨੇ ਗੰਢਾ ਬਣ ਕੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਉਹ ਸਮਾਗਮ ਲੈ ਕੇ ਜਾ ਰਹੇ ਨੇ। ਪਰ ਜਦੋਂ ਬਾਬਾ ਜੀ ਦਾ ਸੁਨੇਹਾ ਗਿਆ ਤਾਂ ਅਸੀਂ ਇਹ ਜ਼ਰੂਰੀ ਸਮਝ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ 'ਤੇ 12 ਸਾਲ ਦੀ ਉਮਰ ਦੇ ਵਿੱਚ ਲੜ ਲੱਗ ਗਏ ਸੀ ਅਤੇ ਅੱਜ ਲੋੜ ਆ ਗੁਰੂ ਨਾਨਕ ਪਾਤਸ਼ਾਹ ਦੀ ਅੰਸ ਨੇ ਸਾਰੇ ਸਮਾਜ ਨੂੰ ਸੱਦਿਆ ਅਤੇ ਸਾਡੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਹਾਲੀ ਰੰਧਾਵੇ ਦੀ ਸੰਪਰਦਾ ਸੋ ਅਸੀਂ ਉਦੋਂ ਤੋਂ ਸੇਵਾ 'ਚ ਲੱਗੇ ਹੋਏ ਹਾਂ। ਪਹਿਲਾਂ ਬਾਬਾ ਬੁੱਢਾ ਸਾਹਿਬ ਗੁਰੂ ਸਾਹਿਬਾਂ ਨਾਲ ਰਹੇ ਉਸ ਤੋਂ ਬਾਅਦ ਉਹਨਾਂ ਦੀ ਅੰਸ ਗੁਰੂ ਸਾਹਿਬਾਂ ਨਾਲ ਵਿਚਰਦੀ ਰਹੀ ਹੈ। ਅੱਜ ਵੀ ਅਸੀਂ ਲੱਕ ਬੰਨ ਕੇ ਹਰ ਸਮੇਂ ਗੁਰੂ ਨਾਨਕ ਪਾਤਸ਼ਾਹ ਦੀ ਅੰਸ ਦੇ ਨਾਲ ਹੈ ਸਿੱਖ ਸਮਾਜ ਦੇ ਨਾਲ ਹੈ। ਜਿਹੜੀਆਂ ਕੁਰੀਤੀਆਂ ਆ ਗਈਆਂ ਉਹਨਾਂ ਦੂਰ ਕਰਨ ਲਈ ਅਸੀਂ ਵੱਸ ਵੱਸ ਯਤਨ ਕਰ ਰਹੇ ਹਾਂ। ਦਾਸ ਸਿੰਘਾਪੁਰ ਤੋਂ ਜਦੋਂ 6 ਮਹੀਨੇ ਹਿੰਦੁਸਤਾਨ 'ਚ ਆਉਂਦਾ ਹੈ ਅਤੇ ਘਰ ਨਹੀਂ ਪੈਂਦਾ ਇਹ ਸਿੱਖਾਂ ਦੇ ਜਿਸ ਤਰ੍ਹਾਂ ਬੂਟੇ ਲਾਉਣੇ ਲੋਕਾਂ ਨੂੰ ਸਿੱਖੀ ਰਖਾਉਣੀ ਪੱਧਰ ਪਾਉਣੀ ਤੋਂ ਉਹਨਾਂ ਨੂੰ ਪ੍ਰੇਰਨਾ ਸ਼ਬਦ ਦੇ ਦੇਣੇ ਅਤੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਮਿਹਰ ਕੀਤੀ ਹੈ ਇਸ ਅਰਦਾਸ ਦੇ ਉੱਤੇ ਜੇ ਦਾਸ ਨੂੰ ਸੱਦਿਆ ਗਿਆ ਅਤੇ ਬਾਬਾ ਨਾਨਕ ਦੀ ਅੰਸ ਬੰਸ ਬਾਬਾ ਸਰਬਜੋਤ ਸਿੰਘ ਬੇਦੀ ਕੋਲੋਂ ਮੈਂ ਅਰਦਾਸ ਕਰਵਾਈ ਹੈ ਕਿ ਬਾਬਾ ਜੀ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਅੰਸ 'ਤੇ ਦਾਸਾਂ 'ਤੇ ਮਿਹਰ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿ ਪਟਨਾ ਸਾਹਿਬ 4 ਸਾਲ ਤੋਂ ਗਾਗਰ 5 ਸਰੋਵਰਾਂ ਦਾ ਅੰਮ੍ਰਿਤਸਰ ਦਾ ਜਾ ਰਿਹਾ ਹੈ ਅੰਦਰ ਪ੍ਰਵਾਨ ਹੈ ਇਸ ਤਰ੍ਹਾਂ 5 ਸਾਲ ਤੋਂ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ 'ਤੇ ਪ੍ਰਵਾਨ ਹੈ ਕਿ ਸਾਨੂੰ ਕਿਰਪਾ ਕਰੋ ਅਸੀਂ 5 ਸਰੋਵਰਾਂ ਅੰਮ੍ਰਿਤਸਰ ਸਾਹਿਬ ਦੇ ਗਾਗਰ ਭਰ ਕੇ ਸ੍ਰੀ ਸੰਤੋਖਸਰ ਸਾਹਿਬ ਸ੍ਰੀ ਰਾਮਸਰ ਸਾਹਿਬ ਸ੍ਰੀ ਵਿਵੇਕਸਰ ਸਾਹਿਬ ਸ੍ਰੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਨੂੰ ਹਰਿਮੰਦਰ ਸਾਹਿਬ ਕਹਿੰਦੇ ਉਹਨਾਂ ਦੀ ਗਾਗਰ ਭਰ ਕੇ 3 ਗਾਗਰਾਂ ਸਾਡੇ ਸਾਨੂੰ ਔਫਰ ਆਈ ਹੈ। ਇੱਕ ਸ੍ਰੀ ਕਰਤਾਰਪੁਰ ਸਾਹਿਬ ਜਸਾ ਜਾਣ ਤੋਂ ਪਹਿਲਾਂ ਉੱਥੇ ਇਸ਼ਨਾਨ ਕਰਵਾਇਆ ਜਾਵੇ, ਦੂਸਰਾ ਸ੍ਰੀ ਨਨਕਾਣਾ ਸਾਹਿਬ ਗਾਗਰ ਲੈ ਕੇ ਜੇ, ਤੀਸਰੀ ਬਾਬਾ ਸਾਈਂ ਮੀਆਂ ਮੀਰ ਦੇ ਮਜ਼ਾਰ ਵਾਲਿਆਂ ਕਿਹਾ ਕਿ ਬਾਬਾ ਜੀ ਬਾਬਾ ਬੁੱਢਾ ਸਾਹਿਬ ਦਾ ਖੂੰਡਾ ਸਾਡੇ ਕੋਲ ਜਿਸ ਦਿਨ ਹਰਿਮੰਦਰ ਸਾਹਿਬ ਨੀਂਹ ਪੱਥਰ ਰੱਖਿਆ ਸੀ ਅਤੇ ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਖੂੰਡਾ ਭੇਟ ਕਰ ਦਿੱਤਾ ਸੀ, ਕਹਿੰਦੇ ਸਾਡਾ ਖੂੰਡਾ ਬਾਬਾ ਬੁੱਢਾ ਸਾਹਿਬ ਦਾ ਸਾਡੇ ਕੋਲ ਹੈ ਇਹ ਸਾਡੇ ਵੀ ਮਜ਼ਾਰ 'ਤੇ ਗਾਗਰ ਲੈ ਕੇ ਆਓ। ਸੋ ਮੈਂ ਸੈਂਟਰ ਗੌਰਮੈਂਟ ਨਾਲ ਤਾਲਮੇਲ ਕਰ ਰਿਹਾ ਜੇ ਸਾਨੂੰ ਪ੍ਰਵਾਨਗੀ ਮਿਲ ਗਈ ਅਤੇ 5 ਸਰੋਵਰਾਂ ਦੀਆਂ ਗਾਗਰਾਂ ਭਰ ਭਰ ਕੇ ਇੱਕ ਸ਼ਰਧਾ ਵਜੋਂ ਜਿਸ ਤਰ੍ਹਾਂ ਹਜ਼ੂਰ ਸਾਹਿਬ ਪਟਨਾ ਸਾਹਿਬ ਜਾਂਦੀ ਹੈ ਅਸੀਂ ਲੈ ਕੇ ਪਾਕਿਸਤਾਨ ਨਨਕਾਣਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਬਾਬਾ ਸਾਈਂ ਮੀਆਂ ਮੀਰ ਦੀ ਮਜ਼ਾਰ 'ਤੇ ਜਾਵਾਂਗੇ। ਹੋਰ ਜੋ ਸਾਨੂੰ ਉੱਥੋਂ ਸੱਦੇ ਪੱਤਰ ਕੇ ਅਸੀਂ ਜਾਵਾਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਹੈ, ਗੁਰੂ ਨਾਨਕ ਪਾਤਸ਼ਾਹ ਜਨਮ ਸਥਾਨ ਹੈ, ਸਭ ਤੋਂ ਵੱਡਾ ਸਥਾਨ ਉੱਥੋਂ ਸਿੱਖੀ ਪੈਦਾ ਹੋਈ ਹੈ। ਸੋ ਮੈਂ ਕਿੰਨਾ ਖੁਸ਼ ਹਾਂ ਕਿ ਮੈਨੂੰ ਬਾਬਾ ਗੁਰੂ ਨਾਨਕ ਦੀ ਅੰਸ ਨੇ ਸੱਦਿਆ ਅਤੇ ਅੱਜ ਅਸੀਂ ਇੱਥੇ ਆਏ ਹਾਂ, ਸਾਨੂੰ ਬੋਲਣ ਦਾ ਮੌਕਾ ਦਿੱਤਾ, ਚੌਰ ਸਾਹਿਬ ਦੀ ਸੇਵਾ ਮਿਲੀ ਅਤੇ ਸੰਗਤਾਂ ਬਹੁਤ ਪਿਆਰ ਕਰ ਰਹੀਆਂ ਨੇ। ਸੋ ਮੈਂ ਵਡਭਾਗਾ ਹਾਂ। 10ਵੀਂ ਪੀੜ੍ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ, ਜਿਵੇਂ ਬਾਬਾ ਬੁੱਢਾ ਸਾਹਿਬ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ 17ਵੀਂ ਪੀੜ੍ਹੀ ਦੇ ਨਾਲ ਉਸੇ ਤਰ੍ਹਾਂ ਹੀ ਸਾਥ ਦੇ ਰਹੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੀ ਨਾਲ ਆਵੇਗੀ ਜੀ। ਮਹਾਰਾਜ ਬਾਬਾ ਬੁੱਢਾ ਸਾਹਿਬ ਦੇ 4 ਸਾਹਿਬਜ਼ਾਦੇ ਸਨ, ਵੱਡੇ ਸਾਹਿਬਜ਼ਾਦੇ ਜਿਨ੍ਹਾਂ ਦੀ ਅਸੀਂ 10ਵੀਂ ਪੀੜ੍ਹੀਆਂ, ਬਾਬਾ ਸੁਧਾਰੀ ਜਿਨ੍ਹਾਂ ਨੂੰ ਬਾਬਾ ਬੁੱਢਾ ਗੁਰੂ ਅਰਜਨ ਪਾਤਸ਼ਾਹ ਨੇ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦਾ ਟਾਈਟਲ ਦੇ ਕੇ ਮਿਹਰਾਂ ਕਰਕੇ ਬਖਸ਼ਾਂ ਦੇ ਕੇ ਗੁਰੂ ਕੀ ਵਡਾਲੀ 5 ਖੂਹਾਂ ਦੀ ਜ਼ਮੀਨ ਦਾ ਮਾਲਕ ਬਣਾਇਆ, ਦੂਸਰੇ ਬਾਬਾ ਭਿਖਾਰੀ, ਤੀਸਰੇ ਬਾਬਾ ਮਹਿਮੂ, ਚੌਥੇ ਬਾਬਾ ਭਾਨਾ ਸਾਹਿਬ ਜੀ ਜਿਹੜੇ ਗੁਰੂ ਸਾਹਿਬਾਂ ਦੇ ਨਾਲ ਰਹੇ ਨੇ ਜਿਨ੍ਹਾਂ ਦੀ ਅੰਸ ਬੰਸ ਬਾਬਾ ਬੁੱਢਾ ਸਾਹਿਬ ਤੋਂ ਤਿਲਕ ਲਾਉਂਦੀ ਰਹੀ ਹੈ। ਸੋ ਚਾਰੇ ਅੰਸਾਂ ਬੰਸਾਂ ਅਸੀਂ ਸਿੱਖਾਂ ਸਿੱਖ ਸਮਾਜ ਲਈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਗਤ ਦੇ ਨਾਲ ਹੈ, ਬਾਬਾ ਸਰਬਜੋਤ ਸਿੰਘ ਬੇਦੀ ਬਾਬਾ ਸੁਖਦੇਵ ਸਿੰਘ ਬੇਦੀ ਚੌੜੇ ਸਾਹਿਬ ਵਾਲੇ ਉਹਨਾਂ ਦੇ ਨਾਲ ਹੈ ਅਤੇ ਜਿੱਥੇ ਵੀ ਸਾਨੂੰ ਆਵਾਜ਼ ਮਾਰਨਗੇ ਅਸੀਂ ਸਾਰੇ ਰੰਧਾਵੇ ਨਾਲ ਆਵਾਂਗੇ, ਸੇਵਾ ਕਰਾਂਗੇ, ਜੀਵਨ ਨੂੰ ਸਫਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।